ਹਾਂਜੀ ਸਤਿ ਸ੍ਰੀ ਅਕਾਲ ਮੈਂ ਹਾਂ ਵਿਸ਼ਾਲ ਤੁਸੀਂ ਦੇਖ ਰਹੇ ਹੋ ਟਰੈਵਲ ਵਿਦ ਵਿਸ਼ਾਲ ਅੱਜ ਆਪਾਂ ਗੱਲ ਕਰਾਂਗੇ ਯੂਕਰੇਨ ਦੇ ਟੂਰਿਸਟ ਵੀਜ਼ੇ ਦੀ ਕਾਫੀ ਚਿਰ ਤੋਂ ਡੀਕਸੀ ਕੀ ਦੋ ਆਪਣੇ ਕਲਾਇੰਟ ਦੇ ਵੀਜ਼ੇ ਅਪਲਾਈ ਕੀਤੇ ਹੋਏ ਸੀ ਜਿਹੜੇ ਅੱਜ ਆ ਗਏ ਆ ਤੇ ਪੂਰੀ ਅਪਡੇਟ ਦੇ ਨਾਲ ਮੈਂ ਅੱਜ ਤੁਹਾਡੇ ਕੋਲ ਹਾਜ਼ਰ ਹਾਂ ਅੱਜ ਆਪਾਂ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸੂਗਾ ਵੀ ਇਹ ਵੀਜ਼ਾ ਆਪਾਂ ਕਿੱਦਾਂ ਲਿਆ ਕਿਹੜੇ ਪੇਪਰ ਲੱਗੇ ਆ ਕਿੰਨੀ ਫੀਸ ਸੀਗੀ ਪ੍ਰੋਸੈਸ ਟਾਈਮ ਕੀ ਸੀਗਾ ਤੁਹਾਡਾ ਤੇ ਕੁਛ ਤਾਂ ਨੂੰ ਖਾਸ ਟਿਪਸ ਦਵਾਂਗਾ ਜਿਹਦਾ ਕਰਕੇ ਵੀਜ਼ਾ ਅਪਰੂਵ ਹੋਇਆ ਬਿਲਕੁਲ ਬੈਂਕ ਬੈਲੈਂਸ ਇਹਨਾਂ ਦੇ ਕੋਲ ਕਾਫੀ ਘੱਟ ਸੀਗਾ ਬਸ ਇਹਦੀ ਜਿਹੜੀ ਟਿਪਸ ਸੀ ਨਾ ਉਹਨਾਂ ਦੇ ਸੀ ਥੋੜਾ ਜਿਹਾ ਜ਼ੋਰ ਦਿੱਤਾ ਜਿਹਦੇ ਕਰਕੇ ਵੀਜ਼ੇ ਅਪਰੂਵ ਹੋਏ ਆ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿ ਪਾਸਪੋਰਟ ਦੀ ਇਹਦੇ ਵਿੱਚ ਜੋ-ਜੋ ਪੇਪਰ ਮੈਂ ਆਪਣੇ ਕਲਾਇੰਟ ਦੇ ਨਾਲ ਆਪਣੀ ਫਾਈਲ ਦੇ ਵਿੱਚ ਅਟੈਚ ਕੀਤੇ ਸੀ ਇੱਕ ਪਾਸਪੋਰਟ ਹੋ ਗਿਆ ਜਿਹੜਾ ਤੁਹਾਡੇ ਕੋਲ 6 6 ਮਹੀਨੇ ਤੱਕ ਵੈਲਿਡ ਹੋਣਾ ਚਾਹੀਦਾ ਵਾ ਦੂਸਰਾ ਇਹਦੇ ਵਿੱਚ ਇੱਕ ਆਨਲਾਈਨ ਫਾਰਮ ਜਾਂਦਾ ਐਪਲੀਕੇਸ਼ਨ ਆਫ ਔਰਮ ਜਿਹੜਾ ਆਨਲਾਈਨ ਭਰਿਆ ਜਾਣਾ ਉਸ ਤੋਂ ਬਾਅਦ ਪ੍ਰਿੰਟ ਨਿਕਲਣਾ ਦੋ ਫੋਟੋਆਂ ਜਿਹੜੀਆਂ ਆ 35 45 ਦੀਆਂ ਮੈਨੂਅਲ ਚਾਹੀਦੀਆਂ ਵਾ ਇੱਕ ਆਨਲਾਈਨ ਚਾਹੀਦੀ ਆ ਜਿਹੜੀ ਤੁਸੀਂ ਸਕੈਨ ਕੀਤੀ ਹੋਏ ਜਾਂ ਤੁਸੀਂ ਸਟੂਡੀਓ ਤੋਂ ਸਿੱਧੀ ਆਪਣੀ ਮੇਲ ਦੇ ਵਿੱਚ ਪਾ ਲੋ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜੇ ਤੁਹਾਡੇ ਕੋਲ ਕੋਈ ਵੈਲਿਡ ਵੀਜ਼ਾ ਹੈਗਾ ਤਾਂ ਉਹਦੀ ਕਲਰ ਕਾਪੀ ਲੱਗੇਗੀ ਨਾਲ ਬੈਂਕ ਬੈਲੈਂਸ ਲੱਗੇਗਾ 3 ਮਹੀਨੇ ਦੀ ਸਟੇਟਮੈਂਟ ਲੱਗੇਗੀ ਜਿਹਦੇ ਵਿੱਚ ਤੁਹਾਡੇ ਕੋਲ 2 ਤੋਂ 2.5 ਲੱਖ ਰੁਪਏ ਬੈਲੈਂਸ ਹੋਣਾ ਚਾਹੀਦਾ ਜਿਹੜੇ ਇਹ ਮੈਂ ਵੀਜ਼ੇ ਲਈ ਮੈਂ ਤੁਹਾਨੂੰ ਦਿਖਾਣਾ ਵਾ ਇਹਦੇ ਵਿੱਚ ਮੈਨਾਂ ਦੇ ਵਿੱਚ 210000 ਤੋਂ ਲੈ ਕੇ 225000 ਦੇ ਰਾਉਂਡ ਬਾਊਟ ਸੀਗਾ ਦੋਨਾਂ ਦੇ ਵਿੱਚ ਬੈਂਕ ਬੈਲੈਂਸ ਜਿਹੜਾ ਅੱਗੇ ਆਪਾਂ ਗੱਲ ਕਰਾਂਗੇ ਤੇ ਨਾਲ ਲਾਇਆ ਸੀ ਆਪਾਂ ਹੋਟਲ ਬਿਲਕੁਲ ਕਨਫਰਮ ਲਾਇਆ ਸੀ 100% ਤੇ ਇਹਦੇ ਵਿੱਚ ਉਹਨਾਂ ਨੇ ਕ੍ਰੋਸ ਚੈੱਕ ਵੀ ਕੀਤਾ ਹੋਵੇ ਭਾਵੇਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੋਟਲ ਜਿਹੜਾ ਕਨਫਰਮ ਹੋਣਾ ਚਾਹੀਦਾ ਇਨਵਿਟੇਸ਼ਨ ਲੈਟਰ ਜਿਹੜਾ ਇਹਦੀ ਕੋਈ ਜ਼ਰੂਰਤ ਨਹੀਂ ਹੈਗੀ ਬਹੁਤ ਸਾਰੀਆਂ ਏਜੰਸੀਆਂ ਕਹਿੰਦੀਆਂ ਇਨਵਿਟੇਸ਼ਨ ਲੈਟਰ ਚਾਹੀਦਾ ਵੱਡੇ ਵੱਡੇ ਵਲੌਗਰਸ ਹੈਗੇ ਆ ਉਹ ਡਰਾਉਂਦੇ ਆ ਕਿ ਐਂਡ ਕਹਿੰਦੇ ਆ ਜੀ ਤੁਹਾਡਾ ਵੀਜ਼ਾ ਨਹੀਂ ਲੱਗਣਾ ਤੁਸੀਂ ਇਨਵੀਟੇਸ਼ਨ ਲੈਟਰ ਮਗਾਓ ਬਿਲਕੁਲ ਇਨਵੀਟੇਸ਼ਨ ਲੈਟਰ ਲਗਾਏ ਮੈਂ ਬਿਲਕੁਲ ਇਨਵੀਟੇਸ਼ਨ ਤੋਂ ਬਗੈਰ ਇਹ ਵੀਜ਼ੇ ਜਿਹੜੇ ਅਪਰੂਵ ਹੋਏ ਆ ਉਸ ਤੋਂ ਬਾਅਦ ਅਗਲਾ ਪੇਪਰ ਜਿਹੜਾ ਲੱਗੇਗਾ ਜੀ ਤੁਹਾਡੀ ਆਈਟੀਆਰ ਲੱਗੇਗੀ 1 ਸਾਲ ਦੀ ਠੀਕ ਹੈ ਜੀ ਟਰੈਵਲ ਇੰਸ਼ੋਰੈਂਸ ਲੱਗੇਗਾ ਜਿਹੜਾ ਜਿਹਦੇ ਵਿੱਚ 30000 ਯੂਰੋ ਦਾ ਰਿਸਕ ਕਵਰ ਹੋ ਜਾਂਦਾ ਜਿੱਦਾਂ ਕੋਵਿਡ ਦੀ ਪ੍ਰੋਬਲਮ ਆ ਵੀ ਉਹਨਾਂ ਨੂੰ ਇਹ ਨਾ ਲੱਗੇ ਵੀ ਸਾਡੀ ਕੰਟਰੀ ਦੇ ਵਿੱਚ ਜਾ ਕੇ ਕੋਈ ਪ੍ਰੋਬਲਮ ਪੈ ਜਾਵੇ ਤੇ ਉਹ ਨਹੀਂ ਕਲੇਮ ਕਰ ਸਕਦੇ ਤੁਹਾਡੇ ਕੋਲ ਜਿਹੜਾ ਇੰਸ਼ੋਰੈਂਸ ਹੋਏਗੀ ਟਰੈਵਲਿੰਗ ਇੰਸ਼ੋਰੈਂਸ ਇਹ ਆਪੇ ਆਟੋਮੈਟਿਕ ਹੀ ਉਹ ਕੰਪਨੀਆਂ ਕਵਰ ਕਰਦੀਆਂ ਹੈਗੀਆਂ ਇਹ ਮੰਡੈਂਟਰੀ ਹੈਗਾ ਜੀ ਠੀਕ ਹੈ ਜੀ ਉਸ ਤੋਂ ਬਾਅਦ ਟਿਕਟ ਦੀ ਗੱਲ ਕਰਾਂਗੇ ਜਿਹੜੀ ਟਿਕਟ ਤੁਸੀਂ ਇਹ ਵੀ ਕਨਫਰਮ ਲਾਉਣੀ ਹੈਗੀ ਆ ਤੁਸੀਂ ਇਸ ਟਿਕਟ ਇੱਕ ਟਿਕਟ ਹੋਗੀ ਇਹਦੇ ਨਾਲ ਹਾਂ ਟਿਕਟ ਦੇ ਨਾਲ ਮੈਕਸੀਕੋ ਨੂੰ ਅੱਗੇ ਥੋੜੀ ਜਾ ਕੇ ਟਿਪਸ ਦਵਾਂਗਾ ਉਹ ਤੁਸੀਂ ਚੀਜ਼ ਦਾ ਖਾਸ ਕਰਕੇ ਖਿਆਲ ਰੱਖਣਾ ਤੇ ਫਿਰ ਆਪਾਂ ਗੱਲ ਕਰਾਂਗੇ ਐਨਓਸੀ ਦੀ ਜਿਹੜੇ ਵੀ ਕੋਈ ਮੇਰੇ ਵੀਰ ਭਰਾ ਨੌਕਰੀ ਕਰਦੇ ਆ ਉਹਨਾਂ ਨੂੰ ਕੰਪਨੀ ਤੋਂ ਐਨਓਸੀ ਲੈਣੀ ਜਿਹੜੀ ਉਹ ਲਾਜ਼ਮੀ ਆ ਉਹਦੇ ਵਿੱਚ ਬਕਾਇਦਾ ਮੈਂਸ਼ਨ ਕੀਤਾ ਹੋਇਆ ਹੈਗਾ ਕਿ ਮੈਂ ਕਿਹੜੀ ਕੰਪਨੀ ਵਿੱਚ ਕੰਮ ਕਰਦਾ ਵਾਂ ਮੇਰੀ ਕਿੰਨੀ ਸੈਲਰੀ ਹੈਗੀ ਆ ਮੇਰਾ ਡੈਸਿਗਨੇਸ਼ਨ ਕੀ ਹੈਗਾ ਵਾ ਤੇ ਮੈਨੂੰ ਛੁੱਟੀ ਜਿਹੜੀ ਉੱਥੋਂ ਮਨਜ਼ੂਰ ਕਰਾ ਕੇ ਉਹਦੇ ਲੈਟਰਪੈਡ ਦੇ ਉੱਤੇ ਉਹ ਕੰਪਨੀ ਦਾ ਲੈਟਰਪੈਡ ਹੋਣਾ ਚਾਹੀਦਾ ਜੇ ਕੋਈ ਵੀਰ ਭਰਾ 셀ਫ এমਪਲੋਇਡ ਆ ਕੋਈ ਆਪਣਾ ਬਿਜ਼ਨਸ ਕਰਦਾ ਵਾ ਤੇ ਉਹ ਆਪਣੇ ਬਿਜ਼ਨਸ ਦੇ ਲੈਟਰ ਹੈਡ ਲਾ ਸਕਦਾ ਰਜਿਸਟ੍ਰੇਸ਼ਨ ਆਫ ਫਾਰਮ ਲਾ ਸਕਦਾ ਨਾਲ ਵਿਜ਼ਿਟਿੰਗ ਕਾਰਡ ਲਾ ਸਕਦਾ ਉਸ ਤੋਂ ਅੱਗੇ ਗੱਲ ਕਰਾਂਗੇ ਫੀਸ ਦੀ ਫੀਸ ਜਿਹੜੀ ਇਹਦੀ 85 ਡਾਲਰ ਆ ਜੋ আজকাল ਦੇ ਯੂ ਐਸ ਡਾਲਰ ਦੇ ਹਿਸਾਬ ਨਾਲ 6500 ਰੁਪਏ ਬਣਦੀ ਆ ਠੀਕ ਹੈ ਇਹਦੇ ਵਿੱਚ ਨਾਲ VFS ਦੇ ਲੋਜਿਸਟਿਕ ਚਾਰਜ ਪੈਂਦੇ ਹੈਗੇ ਆ ਬਲੂ ਡਾਟ ਦਾ ਖਰਚਾ ਪਿਆ ਵਾ SMS ਚਾਰजेस ਪਏ ਆ ਤੇ ਕਰੀਬ ਇਹਦੇ ਵਿੱਚ ਮੇਰਾ ਪਰਕ ਲਾਈਨ ਦਾ 10200 ਰੁਪਿਆ ਫੀਸ ਜਿਹੜੀ ਲੱਗੀ ਆ ਤੇ ਇਹਦਾ ਪ੍ਰੋਸੈਸ ਟਾਈਮ ਜਿਹੜਾ ਹੈਗਾ ਵਾ 25 ਤੋਂ 30 ਦਿਨ ਲੱਗ ਜਾਂਦੇ ਆ ਇਹ 30 ਦਿਨ ਦਾ ਟਾਈਮ ਦਿੰਦੇ ਪਰ ਜਿਹੜੇ ਸਾਡੇ ਵੀਜ਼ਾ ਆਇਆ ਇਹ 25 ਦਿਨ ਬਾਅਦ 25 ਦਿਨ ਬਾਅਦ ਮਤਲਬ ਹਾਂ ਵੀਜ਼ਾ ਜਿਹੜਾ ਵਾ ਅਪਰੂਵ ਬਿਲਕੁਲ ਹੋ ਗਿਆ ਤੇ ਹੁਣ ਅੱਗੇ ਗੱਲ ਕਰਾਂਗੇ ਟਿਪਸ ਦੀ ਜਿਹੜੀਆਂ ਤੁਹਾਨੂੰ ਮੈਂ ਖਾਸ ਕਰਕੇ ਟਿਪਸ ਦੇਣ ਲੱਗਾ ਆ ਤੁਹਾਡਾ ਇਹੋ ਵੀਜ਼ਾ ਅਪਰੂਵ ਕਰਾਉਣ ਗਿਆ ਚਾਹੇ ਤੁਹਾਡੇ ਪੇਪਰ ਜਿਹੜੇ ਬਿਲਕੁਲ ਥੋੜੇ ਕਮਜ਼ੋਰ ਵੀ ਹੋਣ ਟਿਪਸ ਦੇ ਸਿਰ ਤੇ ਹੀ ਆ ਸਾਰਾ ਸਭ ਤੋਂ ਵੱਡਾ ਜ਼ਰੂਰੀ ਹੈ ਜਿਹੜਾ ਕਵਰਿੰਗ ਲੈਟਰ ਕਵਰਿੰਗ ਲੈਟਰ ਤੁਸੀਂ ਇਸ ਤਰ੍ਹਾਂ ਬਣਾਉਣਾ ਜਿਹਦੇ ਵਿੱਚ ਇੱਕ ਇੱਕ ਚੀਜ਼ ਮੈਂਸ਼ਨ ਕੀਤੀ ਹੋਵੇ ਜਿਸ ਤਰ੍ਹਾਂ ਤੁਸੀਂ ਲਿਖੋ ਵੀ ਆਪਣੇ ਬਾਇਓ ਡਾਟਾ ਲਿਖੋ ਵੀ ਮੇਰਾ ਨਾਮ ਕੀ ਹੈ ਪਾਸਪੋਰਟ ਨੰਬਰ ਉਹਦਾ ਐਕਸਪਾਇਰੀ ਡੇਟ ਕੀ ਹੈ ਤੇ ਮੇਰਾ ਪਿੰਡ ਜਾਂ ਸ਼ਹਿਰ ਕਿਹੜਾ ਹੈਗਾ ਤੇ ਉਹਦੇ ਵਿੱਚ ਇਹ ਮੈਂਸ਼ਨ ਕਰਨਾ ਵੀ ਮੈਂ ਕੰਮ ਕਿਹੜਾ ਕਰਦਾ ਮੇਰਾ ਕੀ ਬਿਜ਼ਨਸ ਆ ਮੇਰਾ ਇਨਕਮ ਆਫ ਸੋਰਸਸ ਕੀ ਆ ਤੇ ਮੈਨੂੰ ਜਿਹੜੀ ਸਲਾਨਾ ਆਮਦਨ ਇੰਨੀ ਹੁੰਦੀ ਆ ਬਕਾਇਦਾ ਠੀਕ ਹੈ ਜੀ ਉਸ ਤੋਂ ਅੱਗੇ ਬੈਂਕ ਬੈਲੈਂਸ ਵੀ ਜਿਹੜਾ ਬੈਂਕ ਵਾ ਤੁਸੀਂ ਵਿੱਚ ਬਾਕਾਇਦਾ ਮੈਂਸ਼ਨ ਕਰ ਦੇਣਾ ਕਵਰਿੰਗ ਲੈਟਰ ਦੇ ਵਿੱਚ ਵੀ ਮੇਰੇ ਕੋਲ ਇੰਨੇ ਬੈਂਕ ਦੇ ਵਿੱਚ ਬੈਲੰਸ ਪੈਸੇ ਹੈਗੇ ਆ ਕਿਉਂਕਿ ਜਿਹੜੀ ਇਹਨਾਂ ਦੀ ਰਿਕੁਆਇਰਮੈਂਟ ਹੈਗੀ 1,75,000 ਰੁਪਏ ਦੀ ਹੈਗੀ ਆ ਵੀ ਤੁਹਾਡੇ ਕੋਲ ਇਹਨੇ ਬੈਂਕ 'ਚ ਹੋਣੇ ਚਾਹੀਦੇ ਬਟ ਆਪਾਂ ਇਹਨੂੰ 2+ ਮੰਨ ਕੇ ਚੱਲਣਾ ਵਾ ਕਿਉਂਕਿ ਥੋੜੇ ਵਾਧੂ ਚੰਗੇ ਹੈਗੇ ਆ ਇਸ ਤੋਂ ਬਾਅਦ ਜ਼ਰੂਰੀ ਜਿਹੜਾ ਸੈਕੰਡ ਨੰਬਰ ਤੇ ਗੱਲ ਸੈਕੰਡ ਟਿਪਸ ਦੀ ਕਰਾਂਗੇ ਡੇਪ ਲਾਨ ਦੀ ਡੇ ਬਲੈਨ ਜਿਹੜਾ ਇਹਦਾ ਹੈਗਾ ਵਾ ਪਰ ਡੇ ਦੇ ਹਿਸਾਬ ਨਾਲ ਲਉਣਾ ਡੇ ਬਾਈ ਡੇ ਲਉਣਾ ਵੀ ਅੱਜ ਤੁਸੀਂ ਜਿਸ ਤਰ੍ਹਾਂ ਮੰਨ ਲਓ ਵੀ ਤੁਸੀਂ ਦਿੱਲੀ ਤੋਂ ਚੱਲੇ ਹੋ ਤੇ ਕੀਵ ਜਾ ਕੇ ਇਹਨਾਂ ਦੀ ਯੂਕਰੇਨ ਦੀ ਜਿਹੜੀ ਕੈਪੀਟਲ ਹੈਗੀ ਆ ਉੱਥੇ ਜਾ ਕੇ ਉਤਰ ਤੁਹਾਨੂੰ ਹੋਟਲ ਵਾਲੇ ਲੈਣ ਆਏ ਠੀਕ ਹੈ ਜੀ ਤੁਸੀਂ ਹੋਟਲ ਦੇ ਵਿੱਚ ਚਲੇ ਗਏ ਪਹਿਲਾ ਦਿਨ ਇਸ ਤਰ੍ਹਾਂ ਕਵਰ ਹੋ ਗਿਆ ਠੀਕ ਹੈ ਜੀ ਤੇ ਦੂਸਰੀ ਦੂਸਰੇ ਦਿਨ ਜਿੱਦਾਂ ਤੁਸੀਂ ਉਥੋਂ ਉਥੇ ਦੀ ਜੋ ਵੀ ਕੈਥੋਲਿਕ ਚਰਚ ਹੈਗੀ ਆ ਉਹ ਦੇਖਣੀ ਆ ਜਾਂ ਇੰਡੀਪੈਂਡੈਂਟ ਸਕੁਅਰ ਹੈਗਾ ਵਾ ਮਤਲਬ ਤੁਸੀਂ ਡੇ ਬਾਏ ਡੇ ਪੂਰਾ 8 ਦਿਨ ਦਾ ਜਾਂ 10 ਦਿਨ ਦਾ ਜਿੰਨਾ ਵੀ ਪਲਾਨ ਬਣਾਉਣਾ ਹੈਗਾ ਤੁਸੀਂ ਉਹਦੇ ਬਾਰੇ ਪੂਰਾ ਮੈਂਸ਼ਨ ਕਰਨਾ ਕੱਲੀ-ਕੱਲੀ ਚੀਜ਼ ਵੀ ਕਿਦ ਦਿਨ ਅਸੀਂ ਸ਼ਾਪਿੰਗ ਕਰਨੀ ਆ ਕਿਦ ਦਿਨ ਕੀ ਕਰਨਾ ਲਾਸਟ ਦਿਨ ਤੁਸੀਂ ਕੀ ਕਰੋਗੇ ਕਿੱਥੋਂ ਡਿਪਾਰਚਰ ਹੋਣਾ ਕਿੱਥੇ ਉਤਰਨਾ ਬਸ ਇਸ ਚੀਜ਼ ਤੇ ਥੋੜਾ ਜ਼ਿਆਦਾ ਧਿਆਨ ਦਿਆ ਕਰੋ ਜਿਹੜੀਆਂ ਮੈਂ ਤੁਹਾਨੂੰ ਟਿਪਸ ਦੇ ਰੇ ਹਾਂ ਇਹ ਕਵਰਿੰਗ ਲੈਟਰ ਹੋਗੀ ਦੂਸਰਾ ਹੋ ਗਿਆ ਡੇ ਪਲਾਨ ਹੋ ਗਿਆ ਠੀਕ ਹੈ ਜੀ ਤੀਸਰਾ ਹੋਟਲ ਦੀ ਗੱਲ ਕਰਦੇ ਆਂ ਕੋਸ਼ਿਸ਼ ਜਿਹੜੇ ਕੇਸ ਮੈਂ ਰਿਜੈਕਟ ਹੋਏ ਦੇਖੇ ਉਹਨਾਂ ਦੇ ਕਾਰਨ ਕੀ ਸੀਗਾ ਉਹਨਾਂ ਦਾ ਕਾਰਨ ਇਹ ਸੀਗਾ ਵੀ ਉਹਨਾਂ ਦੇ ਕੋਲ 2.5 ਲੱਖ ਰੁਪਏ ਬੈਂਕ ਬੈਲੈਂਸ ਸੀਗਾ ਉਹਨਾਂ ਨੇ 5 ਸਟਾਰ ਹੋਟਲ ਜਿਹੜਾ 8 ਦਿਨ ਵਾਸਤੇ ਲਾਤਾ ਜਿਹਦੀ ਕੋਸਟ 45000 ਰੁਪਏ ਬਣਦੀ ਸੀਗੀ ਬਹੁਤ ਵੱਡੀ ਬੇਫਕੂਫੀ ਹੈ ਜੇ 45000 ਰੁਪਏ ਤੁਸੀਂ ਹੋਟਲ ਤੇ ਖਰਚ ਲਿਆ 60 70000 ਦੀ ਟਿਕਟ ਲਾ ਲਈ ਤੇ ਬਾਕੀ ਤੁਹਾਡੇ ਕੋਲ ਕੀ ਬਚੇ ਤੁਸੀਂ ਕਿਦਾਂ ਇਮੀਗ੍ਰੇਸ਼ਨ ਕਲੀਅਰ ਕਰੋਗੇ ਤੁਹਾਡਾ ਤੇ ਵੀਜ਼ਾ ਆਲਰੇਡੀ ਇਦਾਂ ਹੋ ਹੀ ਨਹੀਂ ਸਕਦਾ ਕਦੀ ਵੀ ਤੇ ਇਸ ਕਰਕੇ ਮੈਂ ਇਹਨਾਂ ਕਹੂੰਗਾ ਜਦੋਂ ਵੀ ਕੋਈ ਵੀਰਪਰਾ ਹੋਟਲ ਬੁੱਕ ਕਰੇ ਸਭ ਤੋਂ ਪਹਿਲਾਂ ਤਾਂ ਕਨਫਰਮ ਕਰੇ ਉਹ 3 ਸਟਾਰ ਕਰੇ ਜਾਂ ਗੈਸਟ ਹਾਊਸ ਬੁੱਕ ਕਰ ਲਵੇ ਹੋਵੇ ਕਨਫਰਮ ਜਾਂ ਤੁਸੀਂ ਯੂਥ ਹੌਸਟਲ ਬੁੱਕ ਕਰ ਸਕਦੇ ਹੋ ਹੌਸਟਲ ਵਾਲ ਦੀ ਸਾਈਟ ਹੈਗੀ ਆ ਥੋੜੇ ਜਿਹੇ ਪੈਸੇ ਪੇ ਕਰਨੇ ਪੈਂਦੇ ਆ ਬਾਕੀ ਪੈਸੇ ਉੱਥੇ ਜਾ ਕੇ ਅਰਾਈਵਲ ਹੁੰਦੇ ਆ ਅਗੋਂ ਨੈਕਸਟ ਗੱਲ ਕਰਦੇ ਆ ਫਲਾਈਟ ਦੀ ਫਲਾਈਟ ਵੀ ਜਿਹੜੀ ਤੁਹਾਨੂੰ ਕਨਫਰਮ ਲਾਉਣੀ ਬੈਟਰ ਹੈਗੀ ਆ ਇਹਦੇ ਨਾਲ ਤੁਹਾਡੇ ਵੀਜ਼ਾ ਦੇ ਜਿਹੜੇ ਸਕਸੈਸ ਰੇਟ ਵਧ ਜਾਂਦਾ ਹੈਗਾ ਇਹ ਟਿਪਸ ਦੇ ਵਿੱਚ ਤੁਹਾਨੂੰ ਖਾਸ ਚੀਜ਼ ਇਹ ਦੱਸਣੀ ਚਾਹੁੰਦਾ ਜਿਹੜੀ ਫਲਾਈਟ ਹੈਗੀ ਨਾ ਮੇਰੇ ਵੀਰ ਭਰਾ ਨੇ ਕਿਸੇ ਨੇ ਵੀਜ਼ਾ ਅਪਲਾਈ ਕੀਤਾ ਸੀ ਉਹਦਾ ਵੀਜ਼ਾ ਰਿਜੈਕਟ ਹੋ ਗਿਆ ਉਹਦਾ ਕਾਰਨ ਕੀ ਸੀਗਾ ਉਹਨੇ ਜਾਣਾ ਯੂਕਰੇਨ ਸੀ ਤੁਸੀਂ ਵਾਇਆ ਦੁਬਈ ਲਾ ਸਕਦੇ ਹੋ ਵਾਇਆ ਸਾਊਦੀ ਅਰਬ ਲਾ ਸਕਦੇ ਹੋ ਵਾਇਆ ਕਤਰ ਲਾ ਸਕਦੇ ਉਹਨਾਂ ਨੇ ਵਾਇਆ ਫਰਾਂਸ ਲਈ ਸੀ 에어 ਫਰਾਂਸ ਦੀ ਟਿਕਟ ਲਈ ਤੁਸੀਂ ਯੂਰਪ ਦਾ ਤੁਹਾਨੂੰ ਅਜੇ ਵੀਜ਼ਾ ਮਿਲਿਆ ਨਹੀਂ ਤੁਸੀਂ ਸ਼ੇਨਗਨ ਦੀ ਪਹਿਲਾਂ ਹੀ ਵਾਇਆ ਲੋਂਦੇ ਤੁਹਾਡੇ ਕੋਲ ਕੋਈ ਟਰਾਂਜ਼ਿਟ ਵੀਜ਼ਾ ਹੈਗਾ ਸੀ ਕੋਈ ਉਹਦੇ ਕੋਲ ਟਰਾਂਜ਼ਿਟ ਵੀਜ਼ਾ ਨਹੀਂ ਸੀ ਜੋ ਉਹਦਾ ਵੀਕ ਪੁਆਇੰਟ ਬਣਿਆ ਜਿਹਦਾ ਕਰਕੇ ਉਹਦਾ ਵੀਜ਼ਾ ਰਿਫਿਊਜ਼ ਹੋ ਗਿਆ ਇਸ ਕਰਕੇ ਮੈਂ ਤੁਹਾਨੂੰ ਇਹ ਕਹੂੰ ਜਦੋਂ ਵੀ ਤੁਸੀਂ ਟਿਕਟ ਲਾਉਣੀ ਜਾਂ ਯੂਕਰੇਨ ਇੰਟਰਨੈਸ਼ਨਲ 에ਅਰ ਲਾਈਨ ਦੀ ਸਿੱਧੀ ਲਗਾਓ ਜਾਂ ਵਾਇਆ ਦੁਬਈ ਜਾਂ ਵਾਇਆ ਕਤਰ ਦੀ ਤੁਸੀਂ ਲਾਓ ਜੋ ਬਹੁਤ ਹੀ ਬੈਟਰ ਹੋਊਗੀ ਉਹਦੇ ਨਾਲ ਤੁਹਾਡੇ ਸਕਸੈਸ ਰੇਟ ਜਿਹੜੇ ਕਾਫੀ ਵਧੀਆ ਆਉਣਗੇ ਅੱਗੇ ਹੁਣ ਗੱਲ ਕਰਦੇ ਆ ਐਪਲੀਕੇਸ਼ਨ ਫਾਰਮ ਦੀ ਐਪਲੀਕੇਸ਼ਨ ਫਾਰਮ ਜਿਹੜਾ ਆਨਲਾਈਨ ਜਾਂਦਾ ਬੜੇ ਧਿਆਨ ਨਾਲ ਭਰਨਾ ਪੈਂਦਾ ਵਾ ਜਿਹਨੂੰ ਬੜੇ ਤਰੀਕੇ ਦੇ ਨਾਲ ਤੁਸੀਂ ਭਰੋਗੇ ਚਾਹੇ 2 ਦਿਨ ਲਾ ਕੇ ਭਰੋ ਚਾਹੇ ਥੋੜਾ ਥੋੜਾ ਕਰਕੇ ਭਰ ਲਓ ਇਹਨੂੰ ਵਧੀਆ ਤਰੀਕੇ ਦੇ ਨਾਲ ਭਰੋ ਜਿਹਦੇ ਨਾਲ ਤੁਹਾਡੇ ਸਕਸੈਸ ਰੇਟ ਕਾਫੀ ਚੰਗੇ ਆਂਦੇ ਹੁਣ ਮੈਂ ਤੁਹਾਨੂੰ ਆਪਣੇ ਕਲਾਇੰਟ ਦੇ ਜਿਹੜੇ ਵੀਜ਼ੇ ਅਪਰੂਵ ਕੀਤੇ ਹੈਗੇ ਆ ਉਹ ਮੈਂ ਤੁਹਾਨੂੰ ਦਿਖਾਣ ਲੱਗਾ ਵਾਂ ਜਿਹੜੇ 25-25 ਦਿਨ ਬਾਅਦ ਸਾਨੂੰ ਵੀਜ਼ੇ ਮਿਲੇ ਆ ਤੁਹਾਨੂੰ ਵੀਜ਼ੇ ਦਿਖਾਣਾ ਮੈਂ ਹਾਂ ਜਿਹੜੇ ਵੀਜ਼ੇ ਹੈਗੇ ਆ ਤੁਸੀਂ ਦੇਖ ਸਕਦੇ ਹੋ ਇਹ ਵੀਜ਼ੇ ਅਪਰੂਵ ਹੋਏ ਆ ਜਿਹੜੇ ਸਾਨੂੰ 25 ਦਿਨ ਬਾਅਦ ਮਿਲੇ ਆ ਤੇ ਇਹਨਾਂ ਮੈਂ ਜ਼ਰੂਰ ਕਹੂੰਗਾ ਜੇ ਮੇਰੇ ਵੀਰ ਭਰਾ ਨੂੰ ਕਿਸੇ ਵੀ ਤਰ੍ਹਾਂ ਇਸ ਤਰ੍ਹਾਂ ਦੀ ਵੀਜ਼ਾ ਲੈਣ ਦੇ ਵਿੱਚ ਹੈਲਪ ਚਾਹੀਦੀ ਹੈ ਤੁਸੀਂ ਸਾਡੀ ਸੇਵਾ ਲੈ ਸਕਦੇ ਹੋ ਇਹਦਾ ਮੈਂ ਲਿੰਕ ਥੱਲੇ ਦੇ ਦਵਾਂਗਾ ਤੁਸੀਂ ਉਸ ਲਿੰਕ ਤੇ ਜਾ ਕੇ ਚੈੱਕ ਕਰ ਸਕਦੇ ਹੋ ਤੇ ਜੇ ਕਿਸੇ ਵੀਰ ਭਰਾ ਨੂੰ ਕੋਈ ਸੇਵਾ ਲੈਣੀ ਹੋਵੇ ਤਾਂ ਜਦੋਂ ਮਰਜ਼ੀ ਤੁਸੀਂ ਕਿਸੇ ਤਰ੍ਹਾਂ ਦੀ ਕੋਈ ਹੈਲਪ ਚਾਹੀਦੀ ਹੋਵੇ ਤਾਂ ਤੁਸੀਂ ਸਾਨੂੰ ਮੈਸੇਜ ਤੇ ਕਰ ਸਕਦੇ ਹੋ ਤੁਸੀਂ ਪਲੀਜ਼ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਸ਼ੇਅਰ ਤੇ ਕਮੈਂਟ ਕਰਿਓ ਤਾਂ ਕਿ ਹੋਰ ਵੀ ਵੀਰ ਭਰਾ ਜਾਣ ਸਕਣ ਸਾਰੇ ਇੱਕ ਦਾ ਭਲਾ ਹੋ ਸਕੇ ਇਹਨਾਂ ਕਹਿੰਦਾ ਮੈਂ ਤੁਹਾਡੇ ਤੋਂ ਅੱਜ ਜਾਜਤ ਲੈਂਦਾ ਤੁਹਾਡਾ ਆਪਣਾ ਵਿਸ਼ਾਲ